ਮੀਰੀ ਪੀਰ ਦੇ ਮਾਲਕ ਦਲ ਪੰਜਨਪੁਰ ਸੂਰਮਾ ਬਰਜੋੜਾ ਬਾਬਾ ਬਕਾਰੀ ਜੀ ਨੇ 11 ਸਾਲ ਦੀ ਉਮਰ ਵਿੱਚ ਪਰਨ ਕੀਤਾ ਹੈ। ਪਰਨ ਕਰਨ ਦੇ ਟਾਈਮ ਤੇ ਕਹਿ ਦਿੱਤਾ ਹੈ ਕਿ ਤੁਕਰਮੀ ਵਿਵਚਾਰੀ ਵਿਸ਼ਵਾਸ ਘਾਤੀ ਮਿੱਤਰ ਧਰੋਹੀ ਝੂਠਾ ਤੇ ਡਾਕੂ ਚੋਰ ਯਾਰ ਠੱਗ ਇਹਨਾਂ ਲੋਕਾਂ ਨੂੰ ਜਿੰਨੇ ਪਾਪ ਲੱਗਦੇ ਹੈ ਭੈੜੀ ਕਮਾਈ ਕਰਨ ਵਾਲਿਆਂ ਨੂੰ ਉਹ ਸਾਰੇ ਦੋਸ਼ ਉਹ ਸਾਰੇ ਪਾਪ ਸਾਨੂੰ ਲੱਗਣ ਜੇ ਅਸੀਂ ਆਪਣੇ ਪਿਤਾ ਗੁਰੂ ਅਰਜਨ ਦੇਵ ਜੀ ਦਾ ਹੱਕ ਚੰਦੂ ਦੇ ਨੱਕ ਤੇ ਨਕੇਲ ਪਾ ਕੇ ਨਾ ਲਈਏ ਤੁਹਾਨੂੰ। ਜਦੋਂ ਇਹ ਬਚਨ ਕੀਤੇ ਤੇ ਉਸ ਵੇਲੇ ਅੱਜ ਵੀ ਜਿਵੇਂ ਕਈਆਂ ਨੂੰ ਜਰਾ ਕੁ ਪ੍ਰਕਾਰ ਥੋੜਾ ਜਿਹਾ ਸਰੂਣਾ ਜਿਹਾ ਹੋਵੇ ਨਾ ਬਹੁਤਾ ਨਹੀਂ ਥੋੜਾ ਜਿਹਾ ਗਰਮ ਹੋਵੇ ਮਾੜਾ ਜਿਹਾ ਮੁੜ ਕਾਉਣ ਲੱਗ ਪੈਂਦਾ ਤੇ ਜੀ ਬੜਾ ਕੰਮ ਗਰਮ ਹੋ ਗਿਆ ਤਲਖੀ ਪੈਦਾ ਹੁੰਦੀ ਹੈ ਇਹ ਠੀਕ ਨਹੀਂ। ਇੱਕ ਪਾਸੇ ਗੌਰਮੈਂਟ ਹੈ ਇੱਕ ਪਾਸੇ ਅਸੀਂ ਮਾਮੂਲੀ ਜੇ ਸਿੱਖ ਹਾਂ ਅਸੀਂ ਜਨਤਾ ਹਾਂ। ਉਸ ਵੇਲੇ ਵੀ ਮਾਤਾ ਗੰਗਾ ਜੀ ਦੇ ਗੋਡੇ ਨਾਲ ਲੱਗ ਕੇ ਵੱਡੇ ਵੱਡੇ ਢਿੱਡਾਂ ਵਾਲਿਆਂ ਨੇ ਜਿਹੜੇ ਸਾਡੇ ਵਰਗੇ ਪ੍ਰਸ਼ਾਸਕ ਵਾਲੇ ਸੀ ਉਹਨਾਂ ਨੇ ਜਾ ਕੇ ਕਿਹਾ ਮਾਤਾ ਜੀ ਆਪ ਜੀ ਦੇ ਲਾਲ ਨੂੰ ਕੀ ਹੋ ਗਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਛੋਟੀ ਜਿਹੀ ਉਮਰ ਹੈ ਨਾ ਪੈਸਾ ਕੋਲ ਨਾ ਹਥਿਆਰ ਕੋਲ ਨਾ ਕੋਈ ਫੌਜ ਕੋਲ ਤੇ ਐਲਾਨ ਕਰ ਦਿੱਤਾ ਚੰਦੂ ਦੇ ਨੱਕ ਤੇ ਨਕੇਲ ਪਾਵਾਂਗੇ। ਚੰਦੂ ਜਹਾਂਗੀਰ ਦਾ ਵਜ਼ੀਰ ਸੀ ਬਹੁਤ ਨਿਕਟਵਰਤੀ ਸੀ ਤੇ ਮਾਤਾ ਜੀ ਇਹ ਬੜਾ ਧੋਖਾ ਹੋਵੇਗਾ ਸਾਹਿਬਜ਼ਾਦਾ ਜੀ ਨੇ ਜੋਸ਼ ਵਿੱਚ ਕਹਿ ਦਿੱਤਾ। ਕਈ ਵਾਰੀ ਸਿੰਘ ਕਹਿੰਦੇ ਤੈਨੂੰ ਕਹਿੰਦੇ ਹੈ ਤੂੰ ਜੋਸ਼ ਨਾਲ ਬੋਲਦਾ ਹੋਸ਼ ਨਾਲ ਨਹੀਂ। ਜੇ ਸਿੱਖ ਅਲਪਗਤਾ ਵਿੱਚ ਆ ਕੇ ਅਗਿਆਨਤਾ ਵਿੱਚ ਆ ਕੇ ਆਪਣੇ ਗੁਰੂ ਨੂੰ ਕਹਿਣ ਤੋਂ ਸੰਕੋਚ ਨਹੀਂ ਕਰਦਾ ਕਿ ਜੋਸ਼ ਨਾਲ ਬੋਲਦੇ ਭੁਲੇਖੇ ਪੈ ਗਿਆ ਸਿੱਖ ਤੇ ਮੇਰੇ ਵਰਗੇ ਵਾਸਤੇ ਕਹਿ ਦੇਣਾ ਤਾਂ ਇੱਕ ਬਹੁਤ ਮਾਮੂਲੀ ਜੀ ਗੱਲ ਹੈ। ਛੇਵੇਂ ਪਾਤਸ਼ਾਹ ਬਾਰੇ ਵੀ ਕਿਹਾ ਸੀ ਜੇ ਜੋਸ਼ ਨਾਲ ਬੋਲਦੇ ਆ ਗੈਰ ਜ਼ਿੰਮੇਵਾਰੀ ਨਾਲ ਬੋਲਦੇ ਆ ਐਲਾਨ ਸਤੇਜ ਤੋਂ ਕੱਲ੍ਹ ਤੱਕ ਸਭ ਤੋਂ ਕਰ ਦਿੱਤਾ ਜਹਾਂਗੀਰ ਨਾਲ ਜੰਗ ਕਿਵੇਂ ਹੋਵੇਗਾ। ਸਤਿਗੁਰੂ ਜੀ ਸ਼ਾਮ ਨੂੰ ਘਰੇ ਗਏ ਮਹਿਲਾਂ ਵਿੱਚ ਗਏ ਜਗਤ ਮਾਤਾ ਗੰਗਾ ਜੀ ਨੇ ਪੁੱਛਿਆ ਲਾਲ ਜੀ ਤੁਹਾਡੀ ਅੱਜ ਸ਼ਿਕਾਇਤ ਆਈ ਹੈ ਸਿੱਖਾਂ ਨੇ ਆ ਬੇਨਤੀ ਕੀਤੀ ਹੈ ਦੱਸੋ ਮਾਤਾ ਜੀ ਕੀ ਹੈ। ਤੁਸੀਂ ਐਲਾਨ ਕਰ ਦਿੱਤਾ ਕਿ ਚੰਦੂ ਦੇ ਨੱਕ ਤੇ ਨਕੇਲ ਨਾ ਪਾਈਏ ਤੇ ਆਹ ਦੋਸ਼ ਸਾਨੂੰ ਲੱਗਣ। ਹਾਂ ਮਾਤਾ ਜੀ ਕਿਹਾ ਹੈ ਇਹ ਖਤਰਨਾਕ ਗੱਲ ਹੈ ਮਾਤਾ ਜੀ ਉਹਨਾਂ ਵਾਸਤੇ ਜਿਹਨਾਂ ਨੂੰ ਸ਼ਰਧਾ ਨਹੀਂ ਜਿਹੜੇ ਮੇਸ਼ੇ ਤੋਂ ਖਿੜਕੇ ਹੋਏ ਲੋਕਾਂ ਨੇ ਸਮਾਂ ਆਵੇਗਾ ਜੋ ਬਚਨ ਰੱਖਣਾ ਤੋਂ ਕੱਢਿਆ ਪੂਰਾ ਕਰਾਂਗੇ ਨੱਕ ਵਿੱਚ ਨਕੇਲ ਜ਼ਰੂਰ ਪਾਵਾਂਗੇ। ਖਾਲਸਾ ਜੀ ਸਮਾਂ ਆਇਆ ਮੇਰੇ ਚੋਜੀ ਪ੍ਰੀਤਮ ਨੂੰ ਸ਼ਹੀਦ ਕਰਨ ਵਾਸਤੇ ਚੰਦੂ ਨੇ ਪੂਰਾ ਯਤਨ ਕੀਤਾ ਜਹਾਂਗੀਰ ਨੂੰ ਪ੍ਰੇਰ ਕੇ ਜੋਤਸ਼ੀਆਂ ਦੁਆਰਾ ਕਹਾ ਕੇ ਮੀਰੀ ਪੀਰ ਦੇ ਮਾਲਕ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਸੱਦ ਲਿਆ ਉੱਥੇ ਪੁੱਛਿਆ ਭਾਈ ਕਿਸ ਵਾਸਤੇ ਸਾਨੂੰ ਬੁਲਾਇਆ ਅਸੀਂ ਸਾਰ ਸੱਚੀ ਚੜ੍ਹੀ ਹੈ ਦਿੱਤੇ ਹੋਏ ਸਮੇਂ ਤੋਂ ਉਪਰੰਤ ਸ਼ੇਰ ਦਾ ਰੂਪ ਧਾਰ ਕੇ ਛਾਤੀ ਤੇ ਚੜ੍ਹੇ ਜਹਾਂਗੀਰ ਨੂੰ ਨੀਂਦ ਨਹੀਂ ਆਉਂਦੀ ਇੰਚ ਬੇਗ ਨੂੰ ਸਤਿਗੁਰੂ ਦੇ ਪਾਸ ਭੇਜਿਆ ਨਾਲ ਵਜ਼ੀਰ ਖਾਨ ਨੂੰ ਭੇਜਿਆ ਸਤਿਗੁਰੂ ਦੇ ਦਰਸ਼ਨ ਕੀਤੇ ਮੁਲਾਕਾਤਾਂ ਕੀਤੀਆਂ ਗੱਲ ਕੀਤੀ ਜੀ ਆਪ ਜੀ ਕਿਰਪਾ ਕਰੋ ਕਿਲ੍ਹਾ ਛੱਡ ਦਿਓ। ਸਤਿਗੁਰੂ ਕਹਿਣਗੇ ਇਕੱਲੇ ਨਹੀਂ ਛੱਡਾਂਗੇ ਆਹ ਜਿਹੜੇ 52 ਪਹਿਲਾਂ ਕੈਦ ਕੀਤੇ ਇਹਨਾਂ ਨੂੰ ਵੀ ਛੱਡੋ ਜੇ ਤਾਂ ਰਾਜੇ ਛੱਡਦਾ ਤੇ ਨੀਤੀ ਤੋੜ ਕੇ ਤੇਰੇ ਗੁਰੂ ਸਾਹਿਬ ਨੂੰ ਨਹੀਂ ਛੱਡਦਾ ਤੇ ਰਾਤ ਨੂੰ ਫਿਰ ਸ਼ੇਰਾਂ ਨੇ ਫਿਰ ਛਾਤੀ ਤੇ ਚੜ ਜਾਣਾ ਮਸਾਂ ਮਸਾਂ ਰਾਤ ਇੱਕ ਕੱਟੀ ਹੈ ਤੂੰ ਆ ਕੇ 52 ਦੇ 52 ਰਾਜੇ ਕਰਵਾ ਕੇ ਬੰਦੀ ਛੋੜਨਾ ਪਿਆ। ਉਹ ਚੋਜੀ ਪ੍ਰੀਤਮ ਉੱਥੋਂ ਆਏ ਜਹਾਂਗੀਰ ਨਾਲ ਗੱਲ ਹੋਈ ਜਹਾਂਗੀਰ ਕਹਿਣ ਲੱਗਾ ਹੱਥ ਜੋੜ ਕੇ ਜੀ ਮੈਂ ਤਾਂ ਕੁਝ ਨਹੀਂ ਕਿਹਾ ਮੇਰੇ ਤੇ ਤਰਸ ਕਰਿਓ ਮਹਾਰਾਜ ਹੱਥ ਤੇ ਕਹਿਣਗੇ ਇੰਨਾ ਕੁ ਤਰਸ ਤੇਰੇ ਤੇ ਜ਼ਰੂਰ ਕਰ ਲੈਂਦੇ ਹੈ ਤੈਨੂੰ ਇੱਥੇ ਕੁਝ ਨਹੀਂ ਕਹਿੰਦੇ ਕੰਮ ਸਾਰਾ ਤੂੰ ਕਰਾਇਆ ਹੈ ਪਰ ਜਿਸ ਦੋਸਤ ਨੇ ਸਾਡੇ ਪਿਤਾ ਦੇ ਕੋਲ ਖੜੋ ਕੇ ਸੀਸੇ ਚ ਰੇਤਾ ਪਵਾਇਆ ਉਹ ਤਾਂ ਹਾਜ਼ਰ ਅੱਜ ਹੀ ਕਰਦੇ ਸਾਡੇ ਪੇਸ਼ ਕਰਦੇ ਅੱਜ ਹੁਣੇ ਹੀ ਕਿ ਤੇਰੇ ਨਾਲ ਨਿਬੇੜਾਂਗੇ ਪ੍ਰਲੋਕ ਚ ਮੁਆਫ਼ੀ ਤੈਨੂੰ ਇੱਥੇ ਤਾਂ ਚੁੱਪ ਜ਼ਰੂਰ ਹੈ ਪਰ ਪ੍ਰਲੋਕ ਤੋਂ ਹਿਸਾਬ ਕਿਤਾਬ ਜ਼ਰੂਰ ਲੈਣਾ ਹੈ। ਹਿੰਦੁਸਤਾਨ ਦੇ ਰਾਜ ਨੂੰ ਇਹ ਗੱਲ ਕਹਿ ਸਕਦਾ ਤੇ ਗੁਰੂ ਕਹਿ ਸਕਦਾ ਹੈ ਪੂਰਨ ਗੁਰੂ ਕਹਿ ਸਕਦਾ ਹੈ ਅਧੂਰਾ ਗੁਰੂ ਨਹੀਂ ਅਗਰ ਬੱਚਨੇ ਦੇ ਮੁੰਡੇ ਨੂੰ ਜਾ ਕੇ ਇੰਦਰਾਂ ਦੀਆਂ ਚਪਲੀਆਂ ਝਾੜੀ ਜਾਵੇ ਪਰ ਉਹ ਪੂਰਨ ਗੁਰੂ ਨੇ ਕਿਹਾ ਜਹਾਂਗੀਰ ਨੇ ਛਿੜਕ ਕੇ ਕੰਮ ਕੇ ਜੋੜੀਆਂ ਕਰਕੇ ਨੇਲੜੀਆਂ ਕੱਢ ਕੇ ਮੀਰੀ ਪੀਰ ਦੇ ਮਾਲਕ ਦੇ ਪਾਸ ਚੰਦੂ ਨੂੰ ਲਿਆ ਬਿਠਾਇਆ ਅੱਜ ਤੁਹਾਡੇ ਗੁਰੂ ਘਰ ਦਾ ਦੋਸ਼ੀ ਹੈ। ਭਾਈ ਦੀਦੀ ਚੰਦ ਨੇ ਖਿਆਲ ਕੀਤਾ ਮਾਰੇ ਜਲ ਵੀ ਬਹੁਤ ਕਿਤੇ ਬਖਸ਼ੀ ਨਾ ਦੇਣ ਉਸੇ ਵੇਲੇ ਭਾਈ ਜੇਠੇ ਨੂੰ ਇਸ਼ਾਰਾ ਕੀਤਾ ਕਿ ਭਾਈ ਜੇਠਾ ਜਿਹੜੇ ਗਲਤ ਸੰਗਲੀ ਪਾ ਲੈ ਤੇ ਪਿੱਛੇ ਜਿਹੜੇ ਕੁੱਤਿਆਂ ਨੂੰ ਸਾਂਭਦੇ ਆ ਉਹਨਾਂ ਨੂੰ ਫੜਾ ਦੇ ਇਸ ਨੂੰ ਉਹਦੇ ਨੱਕ 'ਚ ਨਕੇਲ ਪਾ ਕੇ ਖਾਲਸਾ ਜੀ ਦਿੱਲੀ ਤੇ ਲਾਹੌਰ ਦੀ ਗਲੀ ਗਲੀ 'ਚ ਫੇਰਿਆ ਸੀ
ਪਰ ਜਿਸ ਦਿਨ ਬਚਨ ਕੀਤਾ ਸੀ ਉਸ ਦਿਨ ਕਹਿੰਦੇ ਸੀ ਇਹ ਤਾਂ ਨਾਮੁਮਕਿਨ ਹੈ, ਇਹ ਨਹੀਂ ਕਦੇ ਹੋ ਸਕਦਾ। ਇਹ ਕਈ ਵਾਰੀ ਸਟੇਜਾਂ ਤੋਂ ਜਦੋਂ ਕੋਈ ਖਿਆਲ ਕਿਸੇ ਨੂੰ ਪ੍ਰਗਟ ਕੀਤਾ ਜਾਵੇ, ਇਹ ਵੀ ਮੁੰਡਾ ਜਿਹਾ ਬੋਲੀ ਜਾਂਦਾ ਹੈ, ਨਾ ਇਹਨੂੰ ਅਕਲ ਹੈ, ਪੰਥ ਵਿੱਚ ਫੁੱਟ ਪਾਉਂਦਾ, ਆ ਇਹਨੂੰ ਨਾ ਇਹਨੂੰ ਕੋਈ ਪੜ੍ਹਾਈ ਹੈ, ਨਾ ਇਹ ਲਿਖੀ ਜਾਣਦਾ। ਅਤੇ ਜਦੋਂ ਸਮਾਂ ਆਣ ਕੇ ਕੰਨ 'ਤੇ ਵੱਜਦੀ ਹੈ ਗੱਲ ਤਾਂ ਠੀਕ ਸੀ, ਜੇ ਮੰਨੀ ਜਾਂਦੀ ਸੀ ਤਾਂ ਚੰਗਾ ਹੀ।